ਸਤਿ ਸ਼੍ਰੀ ਅਕਾਲ, ਤੁਸੀਂ ਅਲੋਕਰਣ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇਖ ਰਹੇ ਹੋ। ਦਰਸ਼ਕੋ, ਜੋ ਕੁਛ ਯੂਪੀ ਦੇ ਵਿੱਚ ਵਾਪਰਿਆ ਉੱਥੇ ਕਿਸਾਨਾਂ ਦੇ ਨਾਲ, ਬੜਾ ਉਹ ਮੰਦਭਾਗਾ, ਭਾਵੇਂ ਬੀਤੇ ਕੱਲ ਬਣ ਕੇ ਯੂਪੀ ਸਰਕਾਰ ਦੇ ਵਿੱਚ ਤੇ ਕਿਸਾਨਾਂ ਦੇ ਵਿੱਚ ਕਿਹਾ ਗਿਆ ਕਿ 45 ਵਾਪਸ ਦਿੱਤਾ ਜਾਊਗਾ, ਮ੍ਰਿਤਕਾਂ ਨੂੰ 10 ਲੱਖ ਰੁਪਏ ਜੋ ਫੱਟੜ ਹੋ ਗਏ ਨੇ ਕਿਸਾਨ, ਉਹਨਾਂ ਨੂੰ ਦਿੱਤਾ ਜਾਊਗਾ, ਮੈਰਿਟ ਦੇ ਆਧਾਰ ਤੇ ਨੌਕਰੀ ਦਿੱਤੀ ਜਾਊਗੀ ਤੇ ਹੋਰ ਕਾਫੀ ਕੁਛ। ਜੋ FIR ਸੀ ਉਹ ਕਰਾਸ ਹੋ ਗਈ ਸੀ, ਯਾਨੀ ਕਿ ਦੋਨੇ ਧਿਰਾਂ ਤੇ ਹੋ ਗਈ ਸੀ। ਇਸ ਮਸਲੇ ਦੇ ਪਿੱਛੇ ਕੀ ਹੈ, ਸਰਕਾਰ ਦੀ ਪਲੈਨਿੰਗ ਕੀ ਹੈ, ਕਿਸਾਨੀ ਅੰਦੋਲਨ ਅੱਜ ਕਿੱਥੇ ਖੜਾ, ਇਸ ਵੱਡੀ ਘਟਨਾ ਤੋਂ ਬਾਅਦ ਕਿਸਾਨੀ ਅੰਦੋਲਨ ਦੀ ਅਗਲੀ ਮੂਵਮੈਂਟ ਕੀ ਹੋਊਗੀ, ਅਗਲੀ ਰੂਪਰੇਖਾ ਕੀ ਹੋਊਗੀ, ਲੋਕਾਂ ਦੇ ਵਿੱਚ ਜੋ ਸੁਨੇਹਾ ਗਿਆ ਇਸ ਘਟਨਾ ਦੇ ਬਾਅਦ, ਉਸ ਸੁਨੇਹੇ ਦਾ ਕਿਸਾਨੀ ਅੰਦੋਲਨ ਤੇ ਕੀ ਅਸਰ ਹੋਊਗਾ, BJP ਸਰਕਾਰ ਤੇ ਕੀ ਅਸਰ ਹੋਊਗਾ, ਇਸ ਪੂਰੇ ਮਸਲੇ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੁੜੇ ਨੇ। ਮਾਲੀ ਸਾਹਿਬ, ਸਵਾਗਤ ਜੀ ਲੋਕਰਣ ਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਾਲੀ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ? ਘਟਨਾ ਤਾਂ ਭਾਵੇਂ ਸਹਿਮਤੀ ਦਾ ਯੂਪੀ ਸਰਕਾਰ ਤੇ ਕਿਸਾਨਾਂ ਵਿਚਾਲੇ ਬਣ ਗਈ, ਪਰ ਇਸ ਤੋਂ ਜੋ ਸੁਨੇਹਾ ਜਾਊਗਾ, ਇੱਕ ਉਸ ਸੁਨੇਹੇ ਦੇ ਜੋ ਇੱਕ BJP ਸਰਕਾਰ ਦਾ ਜੋ ਪਿੱਛੇ ਦਾ ਪੈਂਤੜ ਆ, ਤੇ ਉਸ ਤੋਂ ਬਾਅਦ ਕਿਸਾਨਾਂ ਦੀ ਅਗਲੀ ਜੋ ਮੂਵਮੈਂਟ ਹੋਊਗੀ ਇਸ ਘਟਨਾ ਤੋਂ ਬਾਅਦ। ਦੇਖੋ ਜੀ, ਗੱਲ ਇਹ ਆ, ਇਹ ਅਚਾਨਕ ਵਾਪਰੀ ਘਟਨਾ ਨਹੀਂ ਜੀ। ਜੇ ਤੁਸੀਂ ਇਹਦਾ ਪ੍ਰਸੰਗ ਦੇਖੋ, ਇਹੀ ਕੇਂਦਰੀ ਮੰਤਰੀ ਆ ਜਿਹੜਾ ਇਹ ਲਗਾਤਾਰ ਧਮਕੀਆਂ ਦੇ ਰਿਹਾ ਸੀ, ਭਾਜਪਾ ਆਗੂ ਲਗਾਤਾਰ ਧਮਕੀਆਂ ਦੇ ਰਹੇ ਨੇ ਵੀ ਕਿਸਾਨ ਆ ਜਿਹੜੇ ਉਹ ਬੰਦੇ ਬਣ ਜਾਣ, ਨਹੀਂ ਜਵਾਬੀ ਕਾਰਵਾਈ ਸਾਨੂੰ ਵੀ ਕਰਨੀ ਆਉਂਦੀ ਆ। ਮਨੋਹਰ ਲਾਲ ਖੱਟਰ ਨੇ ਤਾਂ ਸੱਦਾ ਦਿੱਤਾ ਨਾ ਜੀ, ਵੀ ਤੁਸੀਂ ਕਿਸਾਨੀ ਗਰੁੱਪ ਬਣਾਓ ਫਿਰ ਡੰਡੇ ਚੱਕੋ ਤੇ ਡੰਡੇ ਚਲਾਓ, ਜੈਸੇ ਕੋ ਤੈਸਾ, ਕੋਈ ਫਰਕ ਨੀ ਪੈਂਦਾ, ਜੇ 2-4 ਮਹੀਨੇ ਜੇਲ੍ਹਾਂ 'ਚ ਰਹੇ ਹੋਗੇ ਲੀਡਰ ਬਣ ਜਾਓਗੇ। ਜਾਣੀ ਇਹ ਕਿਸਾਨੀ ਦਾ ਜਿਹੜਾ ਪੁਰਾਮਨ ਸ਼ਾਂਤੀਪੂਰਵਕ ਸੰਘਰਸ਼ ਦਾ ਪੈਂਤੜਾ, ਉਹਨੂੰ ਲਿਹੋ ਲਾਉਣ ਲਈ ਭਾਜਪਾ ਆਗੂ ਤੇ ਭਾਜਪਾ ਸਰਕਾਰਾਂ ਨੇ ਲਗਾਤਾਰ ਯਤਨਸ਼ੀਲ ਨੇ। ਇਸ ਘਟਨਾ ਨੂੰ ਉਸੇ ਪ੍ਰਸੰਗ 'ਚ ਦੇਖਿਆ ਜਾਣਾ ਚਾਹੀਦਾ। ਪਹਿਲਾਂ ਇਹਨਾਂ ਨੇ ਕਰਨਾਲ 'ਚ ਕੀਤਾ, ਫਿਰ ਹੁਣ ਇੱਥੇ ਕੀਤਾ, ਕੱਲ੍ਹ ਨੂੰ ਕਿਸੇ ਹੋਰ ਥਾਵੇਂ ਵੀ ਹੋ ਸਕਦਾ, ਇਹਦੀਆਂ ਸੰਭਾਵਨਾ ਪਈਆਂ ਨੇ। ਕਿਉਂਕਿ ਹੁਣ ਕੱਲ੍ਹ ਮੰਨ ਲਓ ਜੀ, ਕੱਲ੍ਹ ਨੂੰ 2 ਗਰੁੱਪਾਂ 'ਚ ਹਰਿਆਣੇ 'ਚ ਲੜਾਈ ਹੋ ਜੇ, ਤੁਸੀਂ ਕਹੋਗੇ ਕਿਸਾਨ ਭੜਕ ਗਏ ਜੀ। ਹੁਣ ਵੀ ਗੋਦੀ ਮੀਡੀਆ ਨੇ ਜ਼ਿਆਦਾ ਜ਼ੋਰ ਇਸ ਗੱਲ 'ਤੇ ਲਾਇਆ ਨਾ ਵੀ ਜਿਹੜੇ ਕਿਸਾਨ ਸੀ ਭੜਕੇ ਹੋਏ, ਕਿਸਾਨਾਂ ਨੇ ਐਂ ਕੀਤਾ, ਉਹਨਾਂ ਨੇ ਇਹ ਕੀਤਾ, ਉਹ ਕੀਤਾ, ਪਰ ਜਦੋਂ ਤੁਸੀਂ ਜਾ ਕੇ ਕੰਧ 'ਚ ਟੱਕਰ ਮਾਰਦੇ ਹੋ ਤਾਂ ਉਹਦਾ ਸਿੱਟਾ ਕੀ ਨਿਕਲਣਾ? ਪਹਿਲੀ ਗੱਲ ਤਾਂ ਮਕਸਦ ਉਹਨਾਂ ਦਾ ਇਹ ਸੀ, ਜਿਹਨੂੰ ਕਿਸਾਨਾਂ ਨੇ ਵੱਡੇ ਪੱਧਰ ਤੇ ਰੋਸ ਪ੍ਰਗਟ ਕਰਕੇ ਮੁਲਕ ਦੇ ਵਿੱਚ ਵੀ, ਪੰਜਾਬ ਤੇ ਹਰਿਆਣੇ 'ਚ ਵੀ, ਮਤਲਬ ਉਹਨੂੰ ਪਹਿਲਾਂ ਦੇਖੋ, ਇੱਕ ਦਿਨ ਪਹਿਲਾਂ ਤਾਂ ਇਹ ਜਿਹੜੀ ਜੀਰੀ ਕਹਿੰਦੇ ਸੀ 11 ਤਰੀਕ ਨੂੰ ਅਸੀਂ ਝੋਨਾ ਖਰੀਦਾਂਗੇ, ਇੱਕ ਦਿਨ ਪਹਿਲਾਂ ਕਿਸਾਨਾਂ ਦੇ ਸੰਘਰਸ਼ ਨੇ ਉਹ ਫੈਸਲਾ ਵਾਪਸ ਕਰਵਾਇਆ, ਤੇ ਦੂਜਾ ਕੋਈ ਮੁੱਖ ਮੰਤਰੀ ਇਸ਼ਤਿਹਾਰ ਦੇ ਰਿਹਾ ਵੀ ਮੇਰੀ ਤੇ ਮੋਦੀ ਦੀ ਮੁਲਾਕਾਤ ਕਰਕੇ ਹੋਇਆ, ਤੇ ਇੱਕ ਸਾਬਕਾ ਮੰਤਰੀ ਬੀਬੀ ਉਹ ਬੋਲ ਰਹੀ ਆ ਵੀ ਅਕਾਲੀ ਦਲ ਨੇ ਸੰਘਰਸ਼ ਕਰਕੇ ਹੋਇਆ। ਜਿਹਨੂੰ ਮੈਂ ਨਾਂ ਦਿੱਤਾ ਸੀ ਫੇਸਬੁੱਕ ਤੇ, ਮੈਂ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕਲੋਲਾਂ, ਜਿਹੜੇ ਸਾਰੇ ਪੰਜਾਬ ਹਰਿਆਣੇ 'ਚ ਮਤਲਬ ਕਿਸਾਨਾਂ ਨੇ ਉਹਨਾਂ ਦੇ ਪੈਰਾਂ ਹੇਠਾਂ ਅੱਗ ਬਾਲੀ ਆ, ਉਹਦੇ ਕਰਕੇ ਨੀ, ਇਹ ਸਿਰਾ ਕਿਸਾਨਾਂ ਨੂੰ ਜਾਂਦਾ। ਦੂਜੀ ਗੱਲ ਜਿਹੜੀ ਤੁਸੀਂ ਇਹ ਕਹੀ ਆ, ਕਿਸਾਨ ਅੰਦੋਲਨ ਨੂੰ ਜੋ ਸਮਝੌਤਾ ਹੋਇਆ ਇਹ ਆਪਣੇ ਆਪ 'ਚ ਹਾਂ ਪੱਖੀ ਆ, ਕਿਉਂਕਿ ਜਿਹੜੇ ਘਰਾਂ 'ਚ 70 ਵਿਸ਼ੇ ਨੇ, ਜਿਹੜੇ ਘਰਾਂ ਦੇ ਚਲੇ ਗਏ ਜਾਂ ਜਿਹੜੇ ਜ਼ਖਮੀ ਨੇ, ਉਹਨਾਂ ਨੂੰ ਸਰਕਾਰ ਵੱਲੋਂ ਅਮਦਾਦ ਲੈਣੀ ਤੇ ਨੌਕਰੀ ਲੈਣੀ, ਇਹ ਵੀ ਸੰਘਰਸ਼ ਦੀ ਇੱਕ ਪ੍ਰਾਪਤੀ ਆ। ਜਿਹੜੀ ਜੇ ਤੁਸੀਂ ਕਹੋ ਕਿਸਾਨ ਜਥੇਬੰਦੀਆਂ ਫੰਡ ਇਕੱਠਾ ਕਰਕੇ ਦਿੰਦੀਆਂ, ਲੋਕਾਂ ਦੀ ਪੈਸਾ ਜਿਹੜਾ ਸਰਕਾਰੀ ਖਜ਼ਾਨੇ 'ਚੋਂ ਦਿੱਤਾ, ਲੋਕਾਂ ਦਾ ਪੈਸਾ, ਈਵਨ ਜਿਹੜੇ ਅੰਦੋਲਨ ਦੇ ਵਿਰੋਧੀ ਨੇ ਉਹਨਾਂ ਦਾ ਵੀ ਪੈਸਾ, ਉਹਦੀ ਉਹ ਕਿਸਾਨਾਂ ਨੂੰ ਮਦਦ ਦਿੱਤੀ ਆ। ਪਰ ਇਹ ਲੜਾਈ ਇੱਥੇ ਖਤਮ ਨਹੀਂ ਹੋਈ, ਜਦੋਂ ਆਪਾਂ ਕਹਿੰਦੇ ਸਮਝੌਤਾ ਹੋ ਗਿਆ, ਇਹ ਲੜਾਈ ਸਿਆਸੀ ਲੜਾਈ ਆ, ਵੋਟ ਤੇ ਚੋਟ ਦੀ ਲੜਾਈ ਆ। ਇਦੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਆ, ਉਹ ਕੇਂਦਰੀ ਮੰਤਰੀ ਤੋਂ ਅਸਤੀਫਾ ਦਿਵਾਉਣ ਦੀ ਗੱਲ ਆ, ਜਾਂ ਜਿਹੜਾ ਭਾਜਪਾ ਦਾ ਉਪ ਮੁੱਖ ਮੰਤਰੀ ਆ ਜਿਹੜਾ ਆ ਕੇ ਪ੍ਰੋਗਰਾਮ ਕਰ ਰਿਹਾ ਜਿਹਦੇ ਕਰਕੇ ਸਾਰਾ ਹੋਇਆ, ਇਹਨਾਂ ਨੂੰ ਸਿਆਸੀ ਸਜ਼ਾ ਦੇਣ ਦੀ ਜਿਹੜੀ ਲੜਾਈ ਆ ਉਹਦਾ ਆਧਾਰ ਬਹੁਤ ਵੱਡਾ ਹੋਇਆ। ਤੁਸੀਂ ਦੇਖੋ ਵੱਖ ਵੱਖ ਸਿਆਸੀ ਪਾਰਟੀਆਂ ਨੇ ਵੀ ਕੀਤਾ, ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਗਵਰਨਰ ਹਾਊਸ ਦੇ ਸਾਹਮਣੇ ਆਪਦਾ ਰੋਸ ਪ੍ਰਗਟ ਕੀਤਾ, ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਵਕਤੀ ਤੌਰ ਤੇ ਹਿਰਾਸਤ ਵੀ ਲਿਆ, ਬਾਕੀ ਸਾਰੀਆਂ ਪਾਰਟੀਆਂ। ਤੁਸੀਂ ਦੇਖੋ ਪ੍ਰਿਯੰਕਾ ਗਾਂਧੀ ਜਦੋਂ ਜਾ ਰਹੀ ਸੀ ਉਹਦੇ ਨਾਲ ਕਿੰਨੀ ਬਦਸਲੂਕੀ ਕੀਤੀ, ਤੇ ਰਾਹੁਲ ਗਾਂਧੀ ਵੀ ਇਹਨਾਂ ਦੇ ਹੱਕ 'ਚ ਬੋਲਿਆ। ਜੇ ਕਹਿੰਦੇ ਉੱਚੇ ਖਾਨਦਾਨ ਦੀ ਕਹਿ ਲਓ, ਰਾਜ ਸੱਤਾ ਵਾਲੀ ਪਾਰਟੀ ਦੀ ਉਸ ਪੱਧਰ ਦੀ ਔਰਤ ਨਾਲ ਪੁਲਿਸ ਇੰਨੀ ਬਦਸਲੂਕੀ ਕਰ ਰਹੀ ਆ, ਤੇ ਉਹਨੂੰ ਕਹਿਣਾ ਪੈ ਰਿਹਾ ਵੀ ਤੁਸੀਂ ਮੇਰੇ ਨਾਲ ਹੱਥਾਪਾਈ ਕੀਤੀ ਆ, ਤੁਸੀਂ ਮੇਰੀ ਇੱਜ਼ਤ ਨਾਲ ਖਿਲਵਾੜ ਕੀਤਾ, ਤੁਸੀਂ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਆਮ ਲੋਕਾਂ ਪ੍ਰਤੀ ਇਹ ਪੁਲਿਸ ਕਿਹਾ ਦਾ ਵਿਹਾਰ ਕਰਦੀ ਹੋ?
ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਤੋਂ। ਇਸ ਕਰਕੇ ਕਿਸਾਨ ਅੰਦੋਲਨ ਦੀ ਇਹ ਸਮਝੌਤਾ ਵੀ ਪ੍ਰਾਪਤੀ ਆ ਤੇ ਇਸ ਸਿਆਸੀ ਲੜਾਈ ਨੂੰ ਤਿੱਖਾ ਕਰਦੇ ਰਹਿਣਾ ਚਾਹੀਦਾ। ਇਹ ਜਿਹੜੀ ਮੰਗ ਆ ਇੱਕ ਸਿਆਸੀ ਸਜਾਵਾਂ ਦੇਣ ਦੀ, ਇਹ ਵੀ ਅੰਦੋਲਨ ਦਾ ਪਾਰਟ ਵਜੋਂ ਅੱਗੇ ਵੱਧਦੀ ਰਹਿਣੀ ਚਾਹੀਦੀ ਹੈ ਜੀ। ਮਾਲੀ ਸਾਹਿਬ, ਕਿਸਾਨੀ ਅੰਦੋਲਨ ਬਾਰੇ ਅੱਗੇ ਵੀ ਗੱਲ ਕਰਾਂਗੇ। ਤੁਸੀਂ ਇੱਕ ਸਵਾਲ ਛੱਡਿਆ ਕਿ ਸਿਆਸਤਾਂ ਕਹਿੰਦੀਆਂ ਨੇ ਅਸੀਂ ਮਿਲ ਕੇ ਆਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਇਸ ਕਰਕੇ ਹੋਇਆ ਸਾਬਕਾ ਬੀਬੀ ਮੰਤਰੀ ਨੇ ਜੋ ਉਹ ਵੀ ਕਹਿੰਦੇ ਨੇ, ਜੇਕਰ ਸਾਡੀ ਪੰਜਾਬ ਦੀ ਸਿਆਸਤਾਂ ਦੀ ਗੱਲ ਇੰਨੀ ਉਹ ਮੰਨਦਾ, ਕੇਂਦਰ ਹਕੂਮਤ ਗੱਲ ਮੰਨਦੀ ਹੈ, ਤਾਂ ਫਿਰ ਇੱਕ ਗੱਲ ਇਹੀ ਵੀ ਕਰਾ ਲੈਣ ਕੇਂਦਰ ਤੋਂ ਪਾਸ ਕਿ ਕਾਨੂੰਨ ਰੱਦ ਕਰਵਾ ਦਿਓ ਫਿਰ ਤੁਸੀਂ, ਜੇਕਰ ਤੁਹਾਨੂੰ ਲੱਗਦਾ ਕਿ ਸਰਕਾਰ ਤੁਹਾਡੀ ਗੱਲ ਮੰਨਦੀ ਹੈ। ਅਸਲ ਦੇ ਵਿੱਚ ਜੀ ਇਹ ਸਾਰੀਆਂ ਸਿਆਸੀ ਪਾਰਟੀਆਂ ਜਿਹੜੇ ਪੈਂਤੜੇ ਤੋਂ ਹਮਾਇਤ ਕਰ ਰਹੀਆਂ ਨੇ ਨਾ ਕਿਸਾਨ ਅੰਦੋਲਨ ਦੀ, ਉਹ ਵੋਟਾਂ ਬਟੋਰੂ ਪੈਂਤੜਾ। ਇਹ ਉਸ ਗੱਲ ਤੇ ਨੀ ਕਿਸਾਨ ਨਾਲ ਸਹਿਮਤ, ਅੰਦੋਲਨ ਨਾਲ ਸਹਿਮਤ ਕਿ ਇਹ ਕਾਨੂੰਨ ਜਿਹੜੇ ਬਣੇ ਨੇ ਗੈਰ ਸੰਵਿਧਾਨਕ ਨੇ, ਰਾਜਾਂ ਦੇ ਹੱਕਾਂ ਤੇ ਹਮਲਾ, ਤੁਹਾਨੂੰ ਇਹ ਕਾਨੂੰਨ ਬਣਾਉਣ ਦਾ ਹੱਕ ਨੀ। ਇੱਥੇ ਨੀ ਬੋਲ ਰਹੀਆਂ ਇਹ ਪਾਰਟੀਆਂ, ਇਹ ਕਹਿ ਰਹੀਆਂ ਨੇ ਰੱਦ ਕਰ ਦਿਓ। ਪਰ ਜਿਹੜਾ ਕੇਂਦਰ ਆ ਅੱਜ ਰੱਦ ਕਰ ਦਊ, ਕੱਲ ਨੂੰ ਫੇਰ ਬਣਾ ਦੂ। ਇਹ ਫੈਡਰਲ ਢਾਂਚੇ ਦੀ ਸਿਆਸਤ ਦਾ, ਜਿਹੜਾ ਸੰਵਿਧਾਨ ਦਾ ਫੈਡਰਲ ਅੰਸ਼ ਆ ਜਿਹੜਾ ਖੇਤੀ ਦਾ, ਉਹਨੂੰ ਮੇਸਣ ਮਾਰੇ। ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕੋਈ ਨੀ ਗੱਲ ਕਰ ਰਿਹਾ ਸਿਆਸੀ ਲੀਡਰ। ਹਾਂ ਕਰ ਰਹੇ ਨੇ, ਕੋਈ ਮਾੜੇ ਮੋਟੇ ਵਿਅਕਤੀ ਵੀ ਕਰ ਰਹੇ ਨੇ। ਸੋ ਇਹਨਾਂ ਦਾ ਵੋਟਾਂ ਬਟੋਰੂ ਪੈਂਤੜਾ, ਠੀਕ ਹੈ ਇਹਨਾਂ ਕੋਲੇ ਪੈਸੇ ਨੇ, ਇਸ਼ਤਿਹਾਰਬਾਜ਼ੀ ਆ, ਉਸ ਤਰ੍ਹਾਂ ਕਰੀ ਜਾਂਦੇ ਨੇ। ਪਰ ਲੋਕ ਹੱਸਦੇ ਨੇ ਨਾ ਜਦੋਂ ਇਹਨਾਂ ਦੇ ਬਿਆਨ ਆਉਂਦੇ ਨੇ। ਇਹਨਾਂ ਨੂੰ ਇਮਾਨਦਾਰੀ ਨਾਲ ਚਾਹੀਦਾ ਸੀ ਵੀ ਇਹ ਵੀ ਕਿਸਾਨ ਸੰਘਰਸ਼ ਦੀ ਜਿੱਤ ਆ, ਅਸੀਂ ਇਸ ਸੰਘਰਸ਼ ਦੀ ਜਿੱਤ ਦੇ ਵਿੱਚ ਕਿਸਾਨਾਂ ਨੂੰ ਵਧਾਈ ਦਿੰਦੇ ਹਾਂ, ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ, ਇਸ ਤਰ੍ਹਾਂ ਗੱਲ ਕਹਿਣੀ ਚਾਹੀਦੀ ਸੀ। ਪਰ ਕਿਉਂਕਿ ਨੀਤਾਂ ਬੋਟੂ ਬਟੋਰੂ ਨੇ, ਇਸ ਕਰਕੇ ਉਹੀ ਭੱਜ ਕੇ ਜਿਹਨੂੰ ਕਹਿੰਦੇ ਮਨੀਟਰ ਬਣਨ ਵਾਲੀ ਗੱਲ ਆ, ਆਪਣੇ ਸਿਹਰਾ ਆਪੇ ਪੈਰੀ ਪੈਂਦੇ ਆ, ਆਪੇ ਬੁੱਢ ਸੁਹਾਗਣ ਵਾਲੀ ਗੱਲ ਨੇ ਜਿਹੜੀ ਆ ਇਹ। ਕਾਂਗਰਸ ਪਾਰਟੀ, ਪੰਜਾਬ ਸਰਕਾਰ ਤੇ ਅਕਾਲੀ ਦਲ ਬਾਦਲ ਕਰ ਰਿਹਾ ਜੀ। ਮਾਲੀ ਸਾਹਿਬ, ਜਦੋਂ ਵੀ ਕਿਸਾਨੀ ਅੰਦੋਲਨ ਦੀ ਕੋਈ ਮੂਵਮੈਂਟ ਹੁੰਦੀ ਹੈ, ਉਸ ਤੋਂ ਬਾਅਦ ਕਿਸਾਨ ਅੰਦੋਲਨ ਦੀ ਰੂਪਰੇਖਾ ਚੇਂਜ ਹੁੰਦੀ ਹੈ। ਚਾਹੇ ਤੁਸੀਂ ਰੀਸੈਂਟਲੀ ਗੱਲ ਕਰ ਲਓਗੇ 5 ਸਤੰਬਰ ਦੀ, ਜੋ ਮੁਜ਼ੱਫਰਨਗਰ ਦੇ ਵਿੱਚ ਕਿਸਾਨ ਮਹਾਂਪੰਚਾਇਤ ਹੋਈ ਸੀ, ਉਸ ਨੇ ਇੱਕ ਹੋਰ ਨਵਾਂ ਰੂਪ ਪ੍ਰਦਾਨ ਕਰ ਦਿੱਤਾ ਕਿਸਾਨ ਅੰਦੋਲਨ ਨੂੰ, ਤੇ ਜੋ ਬੀਤੇ ਦਿਨੀ ਇਹ ਦੁਖਦਾਇਕ ਘਟਨਾ ਵਾਪਰੀ ਸੀ, ਇਸ ਤੋਂ ਬਾਅਦ ਕਿਸਾਨੀ ਅੰਦੋਲਨ ਦੀ ਰੂਪਰੇਖਾ ਕੀ ਹੋਊਗੀ, ਕਿਸਾਨੀ ਅੰਦੋਲਨ ਕਿਸ ਮੋੜ ਤੇ ਅੱਗੇ ਵਧੂਗਾ? ਦੇਖੋ, ਕਿਸਾਨੀ ਅੰਦੋਲਨ ਨੇ ਜੋ ਇਹ ਸੱਦਾ ਦਿੱਤਾ ਵੀ ਮੁਲਕ ਭਰ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਰੋਸ ਧਰਨੇ ਦਿਓ, ਇਹ ਆਪਣੇ ਆਪ ਬਹੁਤ ਵੱਡੀ ਪੱਧਰ ਦਾ ਸੱਦਾ, ਇਹ ਭਾਰਤ ਬੰਦ ਸੱਦਾ। ਕਿਉਂਕਿ ਤੁਸੀਂ ਦੇਖੋ ਹੁਣ ਪੰਜਾਬ ਵਿੱਚ ਝੋਨੇ ਦੀ ਤੁਸੀਂ ਸੜਕਾਂ ਬੰਦ ਤਾਂ ਕਰ ਨਹੀਂ ਸਕਦੇ, ਝੋਨੇ ਮੰਡੀਆਂ 'ਚ ਜਾ ਰਿਹਾ, ਮੰਡੀਆਂ 'ਚੋਂ ਆ ਰਿਹਾ, ਇਹ ਸਾਰਾ ਕੁਛ ਕਰ ਰਿਹਾ। ਬਿਲਕੁਲ, ਘੋਲ ਦਾ ਰੂਪ ਇਹ ਨਹੀਂ ਹੁੰਦਾ ਵੀ ਤਿੱਖਾ ਕਿੰਨਾ, ਖੜਕਵਾਂ ਕਿੰਨਾ, ਜਿਹਦੇ ਵਿੱਚੋਂ ਟਕਰਾਅ ਪੈਦਾ ਹੋਵੇ। ਘੋਲ ਦਾ ਰੂਪ ਹਮੇਸ਼ਾ ਹੀ ਉਹ ਵਧੀਆ ਹੁੰਦਾ ਜਿਹੜਾ ਕਿਸਾਨ ਅੰਦੋਲਨ ਦਾ ਜਿਹੜਾ ਵਰਤਾਂਤ ਆ ਉਹਨੂੰ ਮਜ਼ਬੂਤ ਕਰੇ, ਪੁਰਅਮਨ ਤੇ ਸ਼ਾਂਤੀਪੂਰਵਕ, ਤੇ ਵੱਧ ਤੋਂ ਵੱਧ ਲੋਕਾਂ ਦੀ ਉਹਦੇ ਵਿੱਚ ਸ਼ਮੂਲੀਅਤ ਕਰਾਵੇ। ਸੋ ਇਸ ਕਰਕੇ ਇਹ ਦਿੱਤਾ ਉਹਨਾਂ ਨੇ ਸੱਦਾ। ਮੁਲਕ ਦੇ ਵਿੱਚ ਕਿਸਾਨੀ ਇੱਕ ਵਾਰ ਫਿਰ ਇੱਕ ਦਿਨ ਸਰਗਰਮ ਹੋਈ ਆ ਉਸ ਰੂਪ ਦੇ ਵਿੱਚ। ਦੂਜੀ ਗੱਲ, ਇਹ ਹੁਣ ਸੁਪਰੀਮ ਕੋਰਟ ਦੇ ਰਾਹੀਂ ਮੋਰਚੇ ਨੂੰ ਖਦੇੜਨ ਦੀਆਂ ਗੱਲਾਂ ਕਰ ਰਹੇ ਨੇ। ਸੋ ਅਗਲਾ ਸੱਦਾ ਇਹ ਵੀ ਹੋ ਸਕਦਾ, ਇਹ ਵੱਧ ਤੋਂ ਵੱਧ ਦਿੱਲੀ ਦੇ ਜਿਹੜੇ ਮੋਰਚੇ ਨੇ, ਸੁਪਰੀਮ ਕੋਰਟ ਕਰਦੀ ਕੀ ਆ, ਪਿੱਛੇ ਜੇ ਇੱਕ ਬੇਵਕੂਫੀ ਆ ਟਿੱਪਣੀ ਕੀਤੀ ਆ ਸੁਪਰੀਮ ਕੋਰਟ ਦੇ ਜੱਜ ਨੇ ਵੀ ਤੁਸੀਂ ਦਿੱਲੀ ਦਾ ਗਲ ਤਾਂ ਘੁੱਟਿਆ ਹੋਇਆ, ਹੁਣ ਤੁਸੀਂ ਆਹ ਕਰਨਾ ਚਾਹੁੰਦੇ, ਦਿੱਲੀ ਨੇ ਆਪਣਾ ਗਲਾ ਘੁੱਟਿਆ ਹੋਇਆ। ਸ਼ਿਕਾਇਤ ਸਾਹਿਬ ਨੇ ਬੜਾ ਵਧੀਆ ਬਿਆਨ ਦਿੱਤਾ ਵੀ ਨਾਕੇ ਖੋਲ ਲੈਣੇ, ਅਸੀਂ ਆ ਜਾਂਦੇ ਜੰਤਰ ਮੰਤਰ ਚ, ਜੇ ਉੱਥੇ ਲੋਕ ਜੰਤਰ ਮੰਤਰ ਚ ਜੇ ਰੈਲੀ ਹੋਊ, ਲਗਾਤਾਰ ਰੈਲੀ ਹੋਊ, ਉੱਥੇ ਵੱਡਾ ਧਰਨਾ ਲੱਗੂ, ਉੱਥੇ ਦਾ ਫਿਰ ਲੋਕਾਂ ਦਾ ਸਾਹ ਨੀ ਨਾ ਘੁੱਟਿਆ ਜਾਣਾ। ਸੋ ਇਸ ਕਰਕੇ ਇਹਦੇ ਲਈ ਸਰਕਾਰ ਦੋਸ਼ੀ ਆ। ਸੋ ਆਉਣ ਵਾਲੇ ਸਮੇਂ 'ਚ ਕਿਸਾਨ ਆਗੂ, ਕਿਉਂ ਦੇਖੋ ਹੁਣ ਤੱਕ ਉਹ ਸਮੂਹ ਸਿਆਣਪ ਨਾਲ ਜਿਹੜੇ ਫੈਸਲੇ ਲੈਂਦੇ ਰਹੇ ਨੇ, ਸੰਯੁਕਤ ਮੋਰਚਾ ਹਮੇਸ਼ਾ ਹੀ ਉਹਨਾਂ ਨੇ ਮੋਰਚੇ ਨੂੰ ਅੱਗੇ ਵਧਾਇਆ। ਸਾਰੇ ਦੇਸ਼ ਦੇ ਵਿੱਚ ਪੰਚਾਇਤਾਂ ਕਰਨ ਲੱਗ ਜਾਣਾ, ਸਾਰੇ ਸੂਬਿਆਂ 'ਚ ਪੰਚਾਇਤਾਂ ਕਰਨ ਲੱਗ ਜਾਣਾ, ਉਹ ਅੰਦੋਲਨ ਨੂੰ ਅੱਗੇ ਵਧਾ ਰਹੀ ਹੈ। ਬਿਲਕੁਲ ਬਿਲਕੁਲ। ਮਾਲੀ ਸਾਹਿਬ, ਮੈਂ ਇੱਕ ਤੁਹਾਡੇ ਕੋਲੋਂ ਹੋਰ ਗੱਲ ਸਮਝਣੀ ਚਾਹੁੰਦਾ ਕਿ ਜੋ ਇਹ ਘਟਨਾ ਵਾਪਰੀ ਲਖੀਮਪੁਰ ਦੇ ਵਿੱਚ, ਇਹ ਸੋਚੀ ਸਮਝੀ ਸਾਜਿਸ਼ ਤਹਿਤ ਵਾਪਰੀ? ਕਿਉਂਕਿ ਅਚਾਨਕ ਐਡੀ ਘਟਨਾਵਾਂ ਨਹੀਂ ਵਾਪਰਦੀਆਂ। ਇਹਦੇ ਤੋਂ ਲੱਗਦਾ ਕਿ ਫਿਰ ਬੀਜੇਪੀ ਸਰਕਾਰ ਦੇ ਜੋ ਮਨਸੂਬੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਉਹ ਤਾਂ ਲੋਕਾਂ ਪ੍ਰਤੀ ਫਿਰ ਹੋਰ ਖਤਰਨਾਕ ਹੋਣਗੇ? ਦੇਖੋ ਜੀ, ਉਹਨਾਂ ਦੇ ਮਨਸੂਬੇ ਹੈ ਹੀ ਖਤਰਨਾਕ, ਮਤਲਬ ਉਹ ਹਰੇਕ ਤੁਸੀਂ ਦੇਖੋ ਤਾਂ ਸਹੀ ਅੰਦੋਲਨ ਕਿਹੜੇ ਕਿਹੜੇ ਪੜਾਵਾਂ ਚੋਂ ਨਿਕਲਿਆ, ਕਦੇ ਖਾਲਿਸਤਾਨੀਆਂ ਦੀ, ਕਦੇ ਅੱਤਵਾਦੀ ਆ ਜੀ, ਕਦੇ ਮਾਓਵਾਦੀ ਆ ਜੀ, ਕਦੇ ਇਕੱਲੇ ਪੰਜਾਬ ਦਾ ਜੀ, ਕਦੇ ਇਕੱਲੇ ਸਿੱਖਾਂ ਦਾ। ਹੁਣ ਤੁਸੀਂ ਦੇਖੋ ਯੂਪੀ ਦੇ ਵਿੱਚ ਇਹ ਆਰਡਰ ਕਰਨਾ, ਕਿਸੇ ਵੀ ਪੰਜਾਬੀ ਦਾ ਯੂਪੀ 'ਚ ਦਾਖਲਾ ਬੰਦ ਕਰੋ। ਤੁਸੀਂ ਜਾਂ ਤਾਂ ਯੂਪੀ 'ਚ ਸਾਰਿਆਂ ਦਾ ਦਾਖਲਾ ਬੰਦ ਕਰੋ, ਪੰਜਾਬ ਨੂੰ ਟਾਰਗੇਟ ਕਰਕੇ ਵੀ ਕੋਈ ਵੀ ਪੰਜਾਬੀ ਆ ਜਿਹੜਾ ਯੂਪੀ 'ਚ ਦਾਖਲ ਨਹੀਂ ਹੋਣਾ ਚਾਹੀਦਾ, ਪੰਜਾਬ ਸਰਕਾਰ ਨੂੰ ਕਹਿਣਾ ਵੀ ਕੋਈ ਪੰਜਾਬ ਨਾ ਭੇਜੇ। ਇਹ ਸਾਰੀਆਂ ਮੋਰਚੇ ਦਾ ਜਿਹੜਾ
ਵਰਤਾਂ ਤਾਂ ਲੋਕਾਂ ਦੀ ਏਕਤਾ ਦਾ, ਸਾਰੇ ਧਰਮਾਂ ਦੀ ਏਕਤਾ ਦਾ, ਸੂਬਿਆਂ ਦੀ ਏਕਤਾ ਦਾ, ਉਹਨੂੰ ਖੰਡਨ ਕਰਨ ਲਈ ਇਹਨਾਂ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲੀਆਂ ਜਾ ਰਹੀਆਂ ਨੇ। ਮਾਲੀ ਸਾਹਿਬ, ਇਸ ਘਟਨਾਵਾਂ ਤੋਂ ਐਂ ਵੀ ਲੱਗਦਾ ਨਾ ਕਿ ਫਰਵਰੀ ਦੇ ਵਿੱਚ ਯੂਪੀ ਦੇ ਵਿੱਚ ਚੋਣਾਂ ਨੇ, ਕਿਤੇ ਨਾ ਕਿਤੇ ਬੀਜੇਪੀ ਸਰਕਾਰ ਨੂੰ ਬੜੇ ਵੱਡੇ ਪੱਧਰ ਉੱਤੇ ਖਦਸ਼ੇ ਤਾਂ ਹੈਗੇ ਆ ਨਾ ਕਿ ਸਾਨੂੰ ਨੁਕਸਾਨ ਹੋਊਗਾ ਕਿਸਾਨੀ ਅੰਦੋਲਨ ਦਾ। ਦੇਖੋ, ਨੁਕਸਾਨ ਹੋਊਗਾ ਜਦੋਂ ਤੁਸੀਂ ਸਾਡੀਆਂ ਵੋਟਾਂ ਦੇ ਆਸਰੇ ਇਹਨਾਂ ਨੇ ਸਰਕਾਰ ਬਣਾਈ ਆ। ਸਰਕਾਰ ਬਣ ਕੇ ਮਹਾਂ ਦੇ ਆਟੇ ਵਾਂਗੂ ਇਹ ਆਕੜ ਗਏ ਵੀ ਅਸੀਂ ਤਾਂ ਸੁਣਨਾ ਨੀ ਤੁਹਾਡਾ। ਫਿਰ ਪਖੰਡ ਰਚਦੇ ਨੇ, ਮਤਲਬ ਗਲਤ ਪ੍ਰਚਾਰ ਕਰਦੇ ਨੇ ਵੀ ਅਮਰਿੰਦਰ ਨੂੰ ਪੰਜਾਬ ਚ ਲਾਂਚ ਕਰਨ ਲਈ ਖੇਤੀ ਬਿੱਲ ਆ ਜਿਹੜੇ ਵਾਪਸ ਲੈ ਜਾਣਗੇ, ਫਿਰ ਉਹਦਾ ਸਿਹਰਾ ਉਹਨੂੰ ਦਿੱਤਾ ਜਾਊਗਾ, ਫਿਰ ਫਲਾਨਾ ਦਿੱਤਾ ਜਾਊ। ਇਹ ਸਾਰਾ ਲੋਕਾਂ ਦੀ ਸੁੱਤਾ ਭੜਕਾਉਣ ਲਈ ਆ। ਕੈਪਟਨ ਅਮਰਿੰਦਰ ਦੀ ਉਹਨਾਂ ਦੀਆਂ ਨਜ਼ਰਾਂ ਚ ਕੀ ਕੀਮਤ ਹੈ ਜੀ, ਜਿਹਦੇ ਕਰਕੇ ਦੇਸ਼ ਦੇ ਅੰਦੋਲਨ ਦੀ ਉਹਨਾਂ ਨੇ ਮੰਨੀ ਨੀ, ਪੰਜਾਬ ਦੇ ਵਿੱਚ ਕੈਪਟਨ ਨੂੰ ਲਾਂਚ ਕਰਕੇ ਉਹ ਮੰਨ ਲੈਣਗੇ। ਸੋ ਧਿਆਨ ਭੜਕਾਊ ਜਿਹੜੇ ਯਤਨ ਨੇ ਉਹਨੇ ਕੇਂਦਰ ਸਰਕਾਰ ਦੇ, ਭਾਜਪਾ ਦੇ ਸਾਰੇ। ਤੇ ਜਦੋਂ ਫਿਰ ਕਿਸਾਨ ਅੰਦੋਲਨ ਨੇ ਉਦੋਂ ਬਾਅਦ ਇਹ ਫੈਸਲਾ ਲਿਆ ਨਾ ਜੀ ਵੋਟ ਦੀ ਚੋਟ ਦਾ, ਜਿਹੜੀ ਸਿਆਸੀ ਤਾਕਤ ਕਰਕੇ ਕਿਸਾਨ ਅੰਦੋਲਨ ਤੇ ਜ਼ੁਲਮ ਕਰ ਰਹੇ ਨੇ ਉਹਨਾਂ ਦੇ ਹੱਥੋਂ ਸਿਆਸੀ ਤਾਕਤ ਖੋਹੋ। ਜਿਉਂ ਜਿਉਂ ਖੋਹਣਗੇ ਤਿਉਂ ਤਿਉਂ ਇਹ ਕਮਜ਼ੋਰ ਹੋਣਗੇ। ਹੁਣ ਤਾਂ ਹਾਲਤ ਇਹ ਬਣੀ ਹੋਈ ਆ ਨਾ ਜੀ, ਹਾਲਤ ਦਿਨੋ ਦਿਨੇ ਬਣਦੀ ਜਾ ਰਹੀ ਆ ਵੀ ਜਾਂ ਟਾਂਡੇ ਵਾਲੇ ਨੀ ਜਾਂ ਭਾਂਡੇ ਵਾਲੇ ਨੀ। ਜਾਂ ਤਾਂ ਇਹ ਬਿੱਲ ਵਾਪਸ ਲੈਣਗੇ, ਨਹੀਂ ਮੋਦੀ ਸਰਕਾਰ ਜਾਊਗੀ, ਚਾਹੇ ਉਹਦੀ ਮਿਆਦ 24 ਤੱਕ ਆ। ਪਰ ਲਗਾਤਾਰ ਜਿਹੜੀਆਂ ਹਾਰਾਂ ਮਿਲ ਰਹੀਆਂ ਨੇ, ਲਗਾਤਾਰ ਲੋਕ ਸੰਘਰਸ਼ ਆ ਜਿਹੜਾ ਉਹ ਮਜ਼ਬੂਤ ਹੋ ਰਿਹਾ, ਉਹਦੇ ਖਿਲਾਫ਼ ਸਾਰੇ ਤਬਕੇ ਉੱਠ ਰਹੇ ਨੇ। ਇਸ ਕਰਕੇ ਇਹ ਲੜਾਈ ਸਿਆਸੀ ਇਸੇ ਰੂਪ ਚ ਉਹਨੂੰ ਅੱਗੇ ਵਧਾਇਆ ਜਾ ਸਕਦਾ। ਜ਼ੁਲਮ ਕਰੂ ਸਰਕਾਰ, ਪਰ ਜਿੰਨੇ ਵੱਧ ਤੋਂ ਵੱਧ ਲੋਕ ਇਕੱਠੇ ਹੋ ਜਾਣਗੇ ਓਨੀ ਜ਼ੁਲਮ ਨੂੰ ਠੱਲ ਪਾਈ ਜਾ ਸਕਦੀ ਆ। ਜ਼ੁਲਮ ਨੂੰ ਉਸ ਤਰ੍ਹਾਂ ਹੀ ਠੱਲ ਪਾਈ ਜਾ ਸਕਦੀ ਵੀ ਦੋ ਬੰਦੇ ਤੁਸੀਂ ਉਹਨਾਂ ਦੇ ਮਾਰ ਦਿਓ, ਉਹਨਾਂ ਨੇ ਤੁਹਾਡੇ ਡਾਂਗਾ ਮਾਰਤੀਆਂ ਤੁਸੀਂ ਉਹਨਾਂ ਦੇ ਡਾਂਗਾ ਮਾਰ ਦਿਓ। ਉਹ ਤਾਂ ਚਾਹੁੰਦੇ ਨੇ ਵੀ ਇਹ ਸਾਡੇ ਵਾਲੇ ਰਾਹ ਤੇ ਆਉਣ, ਹਿੰਸਕ ਰਾਹ ਤੇ ਆਉਣ, ਇਹ ਤਾਂ ਬਚਣ ਦੀ ਲੋੜ ਆ ਜੀ। ਮਲੀ ਸਾਹਿਬ, ਸਾਡੇ ਦਰਸ਼ਕਾਂ ਨੇ ਦੱਸਿਓ ਕਿ ਬੀਜੇਪੀ ਸਰਕਾਰ ਦਾ ਤੁਸੀਂ ਵੀ ਕਿਹਾ ਕਿ ਵੱਡੇ ਪੱਧਰ ਉੱਤੇ ਨੁਕਸਾਨ ਹੋ ਰਿਹਾ, ਤਾਂ ਫਿਰ ਉਦਯੋਗਪਤੀਆਂ ਦੇ ਇੰਨੇ ਕਿੰਨੇ ਕੁ ਵੱਡੇ ਦਬਾਅ ਨੇ ਕਿ ਬੀਜੇਪੀ ਸਰਕਾਰ ਨੂੰ ਕੁਰਸੀ ਜਾਣ ਦਾ ਵੀ ਖਤਰਾ ਕਿ ਸਾਡੀ ਕੁਰਸੀ ਜਾ ਸਕਦੀ ਹੈ, ਪਰ ਪਿੱਛੇ ਮੁੜਨ ਲਈ ਤਿਆਰ ਨਹੀਂ। ਦੇਖੋ, ਇੱਕ ਸਿਸਟਮ ਆ, ਜਿਹੜਾ ਸਿਸਟਮ ਇਹਨਾਂ ਨੇ ਕਾਰਪੋਰੇਟ ਮਾਡਲ ਉਸਾਰਿਆ ਹੋਇਆ, ਜਿਵੇਂ ਸਾਰੀਆਂ ਤਾਕਤਾਂ ਕੇਂਦਰ ਕੋਲੇ ਇਕੱਠੀਆਂ ਕਰ ਰਹੇ ਨੇ। ਪਹਿਲਾਂ ਤੁਸੀਂ ਦੇਖੋ ਟੈਕਸ ਲਾਉਣ ਦਾ ਅਧਿਕਾਰ ਸੂਬਿਆਂ ਨੂੰ, ਇਕੱਠਾ ਕਰਨ ਦਾ ਅਧਿਕਾਰ ਉਹ ਖੋਲਿਆ GST ਰਾਹੀਂ, ਫਿਰ ਇੱਕ ਮੰਡੀ ਕਹਿੰਦੇ ਆ, ਇੱਕ ਕਾਨੂੰਨ, ਇੱਕ ਦੇਸ਼ ਇੱਕ ਬੋਲੀ ਦੀ ਗੱਲ ਕਰਦੇ ਆ। ਸੋ ਇਹਦੇ ਵਿੱਚ ਖੇਤੀ ਇੱਕ ਬਹੁਤ ਵੱਡਾ ਸੈਕਟਰ ਆ, ਇਹਦੇ ਵਿੱਚੋਂ ਆਮਦਨ ਵੀ ਬਹੁਤ ਹੁੰਦੀ ਆ, ਇਹਦੇ ਵਿੱਚੋਂ ਵਪਾਰ ਵੀ ਬਹੁਤ ਵੱਡਾ ਪੱਧਰ ਤੇ ਹੁੰਦਾ। ਹੁਣ ਬਹੁਤ ਸਾਰੇ ਵਪਾਰ ਨੇ ਜਿਹੜੇ ਉਹ ਬੰਦ ਹੋ ਜਾਣਗੇ ਆਉਣ ਵਾਲੇ ਸਮੇਂ 'ਚ। ਜਿਵੇਂ ਕਿਹਾ ਜਾਂਦਾ ਤੇਲ ਵਾਲਾ ਸੈਕਟਰ ਆ, ਉਹਦਾ ਵਪਾਰ ਘਟੂ, ਸੂਰਜੀ ਊਰਜਾ ਵੱਲ ਵਧੂ, ਜਾਂ ਕੋਈ ਇਸ ਤਰ੍ਹਾਂ ਦਾ ਜਿਹੜੀ ਉਹਨਾਂ ਦੀ ਵੱਡੀ ਪਲਾਨਿੰਗ ਆ। ਸਾਊਥ ਏਸ਼ੀਆ ਦਾ ਵਪਾਰ ਗੁਰਜਿੰਦਰ ਜੀ ਖੁੱਲਣਾ, ਤੁਸੀਂ ਇਹ ਦੇਖੋ, ਕਲਕੱਤੇ ਤੋਂ ਅੰਮ੍ਰਿਤਸਰ ਤੱਕ, ਬੰਬੇ ਤੋਂ ਅੰਮ੍ਰਿਤਸਰ ਤੱਕ ਸਿਰਫ ਰੇਲ ਗੱਡੀਆਂ ਲਈ ਰੇਲ ਲਾਈਨ ਖੋਲਣੀ, ਫਿਰ ਪੰਜਾਬ ਦੇ ਵਿੱਚ 6 ਲੇਨ ਸੜਕਾਂ ਉਸਾਰਨੀ ਅੰਮ੍ਰਿਤਸਰ ਤੱਕ। ਇਹਨਾਂ ਨੇ ਅੰਮ੍ਰਿਤਸਰ ਤੋਂ ਬੜੀਆਂ ਪਾਪੜ ਥੋੜੇ ਢੋਣੇ ਨੇ। ਇਹ ਖੇਤੀ ਤੇ ਸਾਰੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਤੋਂ ਬਾਅਦ ਫਿਰ ਇਹਨਾਂ ਨੇ ਵਪਾਰ ਵਾਲੇ ਨਾਲੇ ਖੇਤੀ ਦਾ ਖੋਲਣਾ। ਹੁਣ ਵਾਹਗਾ ਬਾਰਡਰ ਨੀ ਖੋਲਦੇ ਇਹ, ਇਹਨਾਂ ਨੂੰ ਪਤਾ ਜੇ ਵਾਹਗੇ ਬਾਰਡਰ ਰਾਹੀਂ ਵਪਾਰ ਚਾਲੂ ਹੋ ਗਿਆ ਤਾਂ ਇੱਕ ਸਿਸਟਮ ਪੈਦਾ ਹੋ ਜੂ ਜਿਹਦਾ ਆਮ ਸ਼ਹਿਰੀਆਂ ਨੂੰ, ਵਪਾਰੀਆਂ ਨੂੰ, ਆੜਤੀਆਂ ਨੂੰ, ਮਜ਼ਦੂਰਾਂ ਨੂੰ ਫਾਇਦਾ ਹੋ। ਇਹ ਹੁਣ ਕਾਰਪੋਰੇਟ ਖੇਤੀ ਕਰਕੇ ਕਿਹੋ ਜਿਹੀ ਖੇਤੀ ਹੋਵੇ, ਕਿੰਨੀ ਹੋਵੇ, ਕਿਵੇਂ ਹੋਵੇ, ਤੇ ਉਹਨੂੰ ਫਿਰ ਖਰੀਦਣ ਦਾ ਆਪਣਾ ਸਿਸਟਮ ਕਰਨਗੇ। ਇਹਨਾਂ ਇਹੀ ਖਰੀਦਣਗੇ, ਸਰਕਾਰ ਪਿੱਛੇ ਹਟੂ, ਫਿਰ ਉਹਨੂੰ ਪ੍ਰੋਸੈਸਿੰਗ ਕਰਨਗੇ ਉਹਦੀ, ਫਿਰ ਉਹਨੂੰ ਅਰਬ ਮੁਲਕਾਂ 'ਚ ਜਾਂ ਹੋਰ ਆਲੇ ਦੁਆਲੇ ਪਾਸੇ ਭੇਜਣਗੇ। ਇਹ ਇੱਕ ਵੱਡੀ ਪਲੈਨਿੰਗ ਆ। ਜੇ ਖੇਤੀ ਕਾਨੂੰਨ ਖਤਮ ਕਰਦੇ ਨੇ ਉਹ ਪਲੈਨਿੰਗ ਦੇ ਵਿੱਚ ਇੱਕ ਵੱਡਾ ਵਿਘਨ ਪੈਂਦਾ, ਸਮਝਣ ਦੀ ਇਹ ਲੋੜ ਆ। ਬਿਲਕੁਲ ਮਾਲੀ ਸਾਹਿਬ, ਤੁਸੀਂ ਬੜੀ ਅਹਿਮ ਜਾਣਕਾਰੀ ਦਿੱਤੀ। ਤੇ ਇੱਕ ਗੱਲ ਦੱਸੋ, ਮੈਨੂੰ ਤਾਂ ਕਦੇ ਕਦੇ ਐਂ ਲੱਗਦਾ ਹੁੰਦਾ ਕਿ ਜੋ ਪੰਜਾਬ ਦੇ ਲੀਡਰਾਂ ਦੀ ਲੜਾਈ ਹੈ, ਜੋ ਪੰਜਾਬ ਦੀ ਸਰਕਾਰ ਦੀ ਲੜਾਈ ਹੈ, ਪੰਜਾਬ ਦੀ ਰਵਾਇਤੀ ਪਾਰਟੀ ਦੀ ਲੜਾਈ ਹੈ, ਉਹ ਲੜਾਈ ਵੀ ਕਿਸਾਨ ਲੜ ਰਹੇ ਨੇ, ਕਿਉਂਕਿ ਕੇਂਦਰ ਸਰਕਾਰ ਨੇ ਇਹ ਕੇਂਦਰ ਆਪ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਦਖਲ ਦੇ ਕੇ 3 ਖੇਤੀ ਕਾਨੂੰਨ ਪਾਸ ਕੀਤੇ। ਈਵਨ ਨਾ ਤਾਂ ਕੋਈ ਲੀਡਰ ਬੋਲਦਾ, ਨਾ ਕੋਈ ਸਰਕਾਰ ਬੋਲਦੀ ਹੈ, ਨਾ ਕੋਈ ਪਾਰਟੀ ਬੋਲਦੀ ਹੈ ਕਿ ਤੁਸੀਂ ਸੂਬੇ ਦੇ ਹੱਕਾਂ ਤੇ ਡਾਕੇ ਮਾਰ ਰਹੇ ਹੋ। ਕਿਸਾਨ ਇਹ ਗੱਲ ਕਰ ਰਹੇ ਨੇ, ਜਦੋਂ ਕਰਨੀ ਤਾਂ ਜੋ ਮੌਜੂਦਾ ਧਿਰ ਹੈ, ਜੋ ਰਾਜ ਕਰ ਰਹੀ ਕਾਂਗਰਸ ਪਾਰਟੀ ਹੈ, ਇਹਨੂੰ ਗੱਲ ਕਰਨੀ ਚਾਹੀਦੀ ਸੀ ਕਿ ਤੁਸੀਂ ਸਾਡੇ ਸੂਬੇ ਦੇ ਹੱਕਾਂ ਦੇ ਵਿੱਚ ਦਖਲ ਦੇ ਰਹੇ ਹੋ, ਪਰ ਗੱਲ ਕਿਸਾਨ ਕਰ ਰਹੇ ਆ, ਨਾ ਕਿ ਸਰਕਾਰਾਂ। ਇਕੱਲੀ ਇਹ ਗੱਲ ਨੀ ਜੀ, ਫੈਡਰਲ ਢਾਂਚੇ ਵਾਲੀ ਗੱਲ ਤਾਂ ਤੁਹਾਡੀ 100% ਸਹੀ ਆ, ਪਾਰਟੀਆਂ ਨੂੰ ਕਰਨੀ ਚਾਹੀਦੀ ਆ, ਪਰ ਇਹ ਪਾਰਟੀਆਂ ਉੱਥੇ ਸਾਰੇ ਇੱਕ ਮਤ ਨੇ ਨਾ ਜੀ। ਤੁਸੀਂ ਦੇਖੋ ਜਦੋਂ GST ਲਾਇਆ, ਮਨਪ੍ਰੀਤ ਬਾਦਲ ਨੇ ਕਿੰਨੇ ਗੋਗੇ ਗਾਏ, ਉਹਦੇ ਸਭ ਤੋਂ ਵੱਧ ਫਾਇਦਾ ਪੰਜਾਬ ਦਾ ਹੋਊ ਜੀ, ਉਹਨੂੰ ਸਾਈਨ ਕਰਕੇ ਆਇਆ। ਫਿਰ ਤੁਸੀਂ ਹੁਣ ਤੁਹਾਨੂੰ ਗੱਲਾਂ ਸਮਝ ਆਉਣਗੀਆਂ ਨਾ,
ਵੀ ਜਿਹੜੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਸੀ, ਖੇਤੀ ਕਾਨੂੰਨਾਂ ਬਾਰੇ ਮੀਟਿੰਗ ਸੀ, ਜਿੱਥੇ ਮਨਪ੍ਰੀਤ ਗਿਆ ਸੀ ਬੰਦੇ, ਉੱਥੇ ਵੀ ਇਹ ਸਾਈਨ ਕਰਕੇ ਆਇਆ ਵੀ ਹਾਂ ਕਾਨੂੰਨ ਦਾ ਮਸੌਦਾ ਬਣਾਉਣ ਦੀ ਲੋੜ ਆ। ਸੋ ਇਸ ਕਰਕੇ ਪਾਰਟੀਆਂ ਕਾਨੂੰਨ ਬਣਾਉਣ ਨਾਲ ਸਹਿਮਤ ਨੇ, ਸਾਰੀਆਂ ਸਹਿਮਤ ਨੇ, ਜਿਵੇਂ ਮੈਂ ਪਹਿਲਾਂ ਤੁਹਾਨੂੰ ਪਹਿਲਾਂ ਦੱਸਿਆ। ਹੁਣ ਕਿਸਾਨ ਇਹ ਵੀ ਲੜਾਈ ਲੜ ਰਿਹਾ, ਕਿਸਾਨ ਰਸੋਈ ਦੀ ਲੜਾਈ ਵੀ ਲੜ ਰਿਹਾ, ਕਿਸਾਨ ਮਹਿੰਗਾਈ ਦੀ ਲੜਾਈ ਵੀ ਲੜ ਰਿਹਾ, ਕਿਸਾਨ ਛੋਟੇ ਦੁਕਾਨਦਾਰਾਂ ਦੀ ਵੀ ਲੜਾਈ ਲੜ ਰਿਹਾ, ਕਿਉਂਕਿ ਜਿੱਥੇ ਇੱਕ ਸ਼ਾਪਿੰਗ ਮਾਲ ਖੁੱਲਦਾ ਉੱਥੇ ਹਜ਼ਾਰਾਂ ਦੁਕਾਨਾਂ ਬੰਦ ਹੁੰਦੀਆਂ ਨੇ। ਤੁਸੀਂ ਦੇਖੋ ਚੰਡੀਗੜ੍ਹ ਇੱਕ ਮਾਲ ਵੱਡਾ ਖੁੱਲਿਆ, 17 ਸੈਕਟਰ ਦੇ ਵਿੱਚ ਸੁੰਨ ਪਸਰ ਗਈ। ਕਿਸਾਨ ਅੰਦੋਲਨ ਮਜ਼ਦੂਰਾਂ ਦੀ, ਦੁਕਾਨਦਾਰਾਂ ਦੀ, ਆੜ੍ਹਤੀਆਂ ਦੀ, ਰਸੋਈ ਮਹਿੰਗਾਈ ਦੀ, ਸਾਰੀ ਉਹ ਲੜਾਈ ਆ ਕਿਸਾਨ ਅੰਦੋਲਨ ਲੜ ਰਿਹਾ। ਇਸੇ ਕਰਕੇ ਉਹਨੇ ਮੌਜੂਦਾ ਜਿਹੜੇ ਤਰੀਕੇ ਨਾਲ ਸਿਆਸਤ ਨਾਲ ਚਲਾਇਆ ਜਾ ਰਿਹਾ ਮੁਲਕ, ਉਹਦੇ ਸਾਹਮਣੇ ਲਾਲ ਬੱਤੀ ਜਗਾ ਤੀ। ਪਰ ਇਹ ਪਾਰਟੀਆਂ ਦੀ ਇੰਨੀ ਹਿੰਮਤ ਨਹੀਂ ਹੈ ਕਿ ਕਿਸਾਨ ਅੰਦੋਲਨ ਦੇ ਪ੍ਰਵਚਨ ਨਾਲ ਖੜਨ, ਜਿਹੜੀ ਉਹ ਤਬਦੀਲੀ ਦੀ ਮੰਗ ਕਰਦੇ ਨੇ ਉਸ ਤਬਦੀਲੀ ਨਾਲ ਖੜਨ। ਇਹਨਾਂ ਨੇ ਬਹੁਤ ਸੀਮਿਤ ਹੱਦ ਤੱਕ ਸਿਰਫ ਇਹ ਆ ਜਿਵੇਂ ਕਹਿੰਦੇ ਆ ਲਿਪ ਸਰਵਿਸ, ਹਾਂਜੀ ਤੁਹਾਡੇ ਨਾਲ ਆ, ਹਾਂਜੀ ਤੁਹਾਡੇ ਨਾਲ ਆ ਵੋਟਾਂ, ਕਿਉਂਕਿ ਕਿਸਾਨ ਅੰਦੋਲਨ ਮੁਲਕ ਦੇ ਵਿੱਚ ਤਾਂ ਉਹਨੇ ਸਹੀ ਦਿਸ਼ਾ ਅਖਤਿਆਰ ਕਰ ਲਈ। ਵੋਟ ਦੀ ਚੋਟ ਉਹਦਾ ਫਿੱਟ ਆਉਂਦੀ ਆ ਭਾਜਪਾ ਦੀਆਂ ਸਰਕਾਰਾਂ ਨੇ ਉੱਥੇ। ਪੰਜਾਬ 'ਚ ਇਹਦਾ ਨਵਾਂ ਰੂਪ ਲਿਆਉਣਾ ਚਾਹੀਦਾ ਸੀ, ਕਿਉਂਕਿ ਪੰਜਾਬ ਦੇ ਲੋਕ ਤਾਂ ਕਾਂਗਰਸ ਤੇ ਅਕਾਲੀ ਦਲ ਤੋਂ ਦੁਖੀ ਨੇ। ਭਾਜਪਾ ਤਾਂ ਚਲੋ ਨਾਲ ਟਰੈਕਟਰ ਮੰਗ ਟਰਾਲੀ ਵਾਂਗੂ ਚੱਲਦੀ ਰਹੀ ਆ ਜਿੰਨੀ ਕੁ ਚੱਲੀ ਆ ਅਕਾਲੀਆਂ ਨਾਲ ਰਲ ਕੇ। ਇੱਥੇ ਵੋਟ ਦੀ ਚੋਟ ਦਾ ਅਰਥ ਹੋਰ ਬਣਦਾ ਸੀ। ਇਹਨਾਂ ਨੇ ਉੱਧਰਲੇ ਪਾਸੇ ਮਿਹਨਤ ਕਰਨੀ ਥਾਂ, ਏਜੰਡਾ ਪੰਜਾਬ ਲਈ ਸਿਆਸੀ ਉਭਾਰਨੀ ਥਾਂ, ਇਹ ਪੁੱਠੇ ਪਾਸੇ ਤੁਰ ਪਏ ਵੀ ਸਾਰੀਆਂ ਸਰਗਰਮੀਆਂ ਬੰਦ ਕਰ ਦਿਓ ਤੇ ਜਦੋਂ ਚੋਣ ਲੱਗੂ ਉਦੋਂ ਫਿਰ ਜਿਹੜੀ ਮਰਜ਼ੀ ਤੁਹਾਨੂੰ ਵੋਟ ਪਾ ਦਿਓ। ਯਾਨੀ ਪੰਜਾਬ 'ਚ ਜਿਹੜੀ ਚੋਣ ਸਿਆਸਤ ਦਖਲ ਦੇਣਾ, ਪੰਜਾਬ 'ਚ ਜਿਹੜਾ ਆਪਾਂ ਕਹਿੰਦੇ ਮੁਲਕ ਦੀ ਸਿਆਸਤ ਬਦਲੂ ਕਿਸਾਨ ਅੰਦੋਲਨ ਨਾਲ, ਪਰ ਪੰਜਾਬ ਦੀ ਕਿਵੇਂ ਬਦਲੂ? ਕਿਸਾਨ ਅੰਦੋਲਨ ਕੋਲੇ ਇਹਦਾ ਵੀ ਜਵਾਬ ਹੈ ਨਹੀਂ। ਸਾਡਾ ਇਹ ਲਖਾਂਤ ਆ ਪੰਜਾਬ ਦਾ। ਮਾਲੀ ਸਾਹਿਬ, ਮੇਰਾ ਇੱਕ ਆਖਰੀ ਸਵਾਲ ਕਿ ਤੁਸੀਂ ਪੰਜਾਬ ਵੰਡਤਾ ਉਦੋਂ ਪੰਜਾਬ ਦੇ ਅੱਗੇ ਕੁਛ ਨਹੀਂ ਕਰ ਸਕੇ। ਪੰਜਾਬ ਦੇ ਵਿੱਚ 84 ਵਾਪਰੀ, ਪੰਜਾਬ ਨੇ ਖਾੜਕੂ ਦੌਰ ਝੱਲਿਆ, ਆਪਣੇ ਪਿੰਡੇ ਤੇ ਜੋ ਅੱਲੇ ਜ਼ਖਮ ਸੀ ਉਹ ਹੰਢਾਏ, ਤੇ ਅੱਜ ਵੀ ਜੋ ਪੰਜਾਬ ਦੇ ਲੀਡਰ ਨੇ ਸਿਰਫ ਆਪਣੀ ਕੁਰਸੀਆਂ ਕਰਕੇ, ਆਪਣੇ ਨਿੱਜੀ ਮੁਨਾਫਿਆਂ ਕਰਕੇ ਕੇਂਦਰ ਦੇ ਨਾਲ ਚੱਲਦੇ ਨੇ, ਤਾਂ ਪੰਜਾਬ ਦੇ ਲੋਕਾਂ ਨੇ ਜੋ ਪੰਜਾਬ ਦੇ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਦੀ, ਉਹ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ, ਤਾਂ ਫਿਰ ਪੰਜਾਬ ਕਿੱਧਰ ਨੂੰ ਜਾਵੇ? ਨਹੀਂ, ਪੰਜਾਬ ਤਾਂ ਇਹੀ ਆ ਨਾ ਜੀ, ਉਹ ਜਿਵੇਂ ਜਿਵੇਂ ਕਹਿੰਦੇ ਹੁੰਦੇ ਆ ਆਖਿਰ ਲੋਕਾਂ ਨੂੰ ਇਹ ਫੈਸਲਾ ਕਰਨਾ ਪਊ ਨਾ। ਉਹ ਕਹਿੰਦੇ ਨੇ ਨਾ ਇੱਕ ਇੱਕ ਗੀਤ ਦੀ ਲਾਈਨਾਂ, ਤੈਨੂੰ ਰੋਗ ਦੀ ਸਮਝ ਨਾ ਆਵੇ ਬੈਦਾ ਮੇਰੀ ਬਾਂਹ ਛੱਡ ਦੇ। ਜਦੋਂ ਲੋਕ ਇਹਨਾਂ ਨੂੰ ਕਹਿਣਗੇ ਦਫ਼ਾ ਹੋਵੋ ਸਾਰੇ, ਅਸੀਂ ਤੁਹਾਡੇ ਨਾਲ ਤੁਹਾਨੂੰ ਵੋਟਾਂ ਨਹੀਂ ਪਾਉਣੀਆਂ, ਤਾਂ ਕੁਦਰਤੀ ਤੌਰ ਤੇ ਇੱਕ ਨਵੀਂ ਸਿਆਸਤ ਜਿਹੜੀ ਲੋਕਾਂ ਦੇ ਮੁੱਦਿਆਂ ਦੀ ਸਿਆਸਤ ਹੋਊ, ਮਸਲੇ ਹੱਲ ਕਰਨ ਦੀ ਸਿਆਸਤ ਹੋਊ, ਖੇਤੀ ਮਾਡਲ ਨੂੰ ਬਦਲਣ ਦੀ ਸਿਆਸਤ ਹੋਊ, ਸਰਕਾਰੀ ਖਜ਼ਾਨੇ 'ਚ ਜਿਹੜੀ ਲੁੱਟ ਨੂੰ ਘਰਲਾਂ ਪੈ ਰਹੀਆਂ ਨੇ ਉਹਨੂੰ ਬੰਦ ਕਰਨ ਦੀ ਸਿਆਸਤ ਹੋਊ, ਲੋਕ ਉਹਨੂੰ ਅਪਣਾਉਣਗੇ। ਹੁਣ ਤਾਂ ਤੁਸੀਂ ਇਹ ਦੇਖ ਲਓ ਵੀ ਇੱਕ ਬੰਦਾ ਖਜ਼ਾਨਾ ਮੰਤਰੀ ਅਕਾਲੀ ਸਰਕਾਰ ਵੇਲੇ ਵੀ ਉਹ, ਕਾਂਗਰਸ ਸਰਕਾਰ ਵੇਲੇ ਵੀ ਉਹ, ਤੇ ਉਹਨੂੰ ਖਜ਼ਾਨਾ ਮੰਤਰੀ ਦਾ ਠੇਕਾ ਦੇਤਾ ਹੁੰਦਾ ਜਿਵੇਂ, ਤੇ ਉਹਦੇ ਹੁੰਦੇ ਪੰਜਾਬ ਕਰਜ਼ਾਈ ਬਣਦਾ ਜਾ ਰਿਹਾ, ਆਮਦਨ ਦੇ ਸਾਧਨ ਨਹੀਂ ਵੱਧ ਰਹੇ, ਨਾ ਘਰਲਾਂ ਲੁੱਕ ਰਹੀਆਂ ਨੇ। ਇਹ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਕਾਰਪੋਰੇਟ ਮਾਡਲ ਆ ਜਿਹੜਾ ਉਹਦਾ ਦਬਾਅ ਪਾਇਆ ਹੋਇਆ ਵੀ ਸਰਕਾਰ ਜਿਹਦੀ ਮਰਜ਼ੀ ਬਣੇ ਖਜ਼ਾਨਾ ਮੰਤਰੀ ਇਹ ਹੋ। ਇਸ ਕਰਕੇ ਇਹ ਤਾਂ ਹੁਣ ਲੋਕਾਂ ਨੂੰ ਇਹ ਕਹਿਣਾ ਪਊ ਤੁਹਾਨੂੰ ਰੋਗ ਦਾ ਪਤਾ ਨਾ ਕੋਈ, ਬੈਦਾ ਮੇਰੀ ਬਾਂਹ ਛੱਡ ਦੇ। ਸਿਆਸੀ ਪਾਰਟੀਆਂ ਨੂੰ ਇਹਨਾਂ ਨੂੰ ਮੂੰਹ ਨਕਾਰਨਾ ਪਊ ਜਦੋਂ ਤੱਕ ਇਹ ਆਪਣੇ ਆਪ ਨੂੰ ਨਹੀਂ ਬਦਲਦੀਆਂ। ਮਾਲੀ ਸਾਹਿਬ, ਤੁਸੀਂ ਇੱਕ ਗੱਲ ਕਹੀ ਕਿ ਜਦੋਂ ਲੋਕ ਕਹਿਣਗੇ ਕਿ ਇਹਨਾਂ ਸਿਆਸਤਾਂ ਨੂੰ ਦਫ਼ਾ ਕਰੋ, ਸਿਆਸਤਦਾਨਾਂ ਨੂੰ ਦਫ਼ਾ ਕਰੋ, ਤਾਂ ਫਿਰ ਪੰਜਾਬ ਦੇ ਲੋਕਾਂ ਕੋਲ ਬਦਲ ਕੀ ਹੋਊਗਾ ਇਸ ਸਿਆਸਤ ਨੂੰ ਰੱਦ ਕਰਨ ਤੋਂ ਬਾਅਦ? ਦੇਖੋ, ਪੰਜਾਬ ਦੇ ਲੋਕਾਂ ਕੋਲ ਮੈਂ ਦੱਸਤਾ ਤੁਹਾਨੂੰ, ਮੁੱਦਿਆਂ ਦੀ ਸਿਆਸਤ ਹੋਣੀ ਚਾਹੀਦੀ ਆ, ਮੁੱਦਿਆਂ ਨੂੰ ਹੱਲ ਕਰਨ ਦੇ ਰੋਡ ਮੈਪ ਦੀ ਸਿਆਸਤ ਚਾਹੀਦੀ ਆ, ਵਾਹਗਾ ਬਾਰਡਰ ਰਾਹੀਂ ਵਪਾਰ ਖੋਲਣ ਦੀ ਸਿਆਸਤ ਚਾਹੀਦੀ ਆ, ਖੇਤੀ ਮਾਡਲ ਆ ਜਿਹੜਾ ਉਹਨੂੰ ਬਦਲ ਦੀ ਸਿਆਸਤ ਚਾਹੀਦੀ ਆ। ਹੁਣ ਖੇਤੀ ਮਾਡਲ ਇਹ ਪੰਜਾਬ ਦੀ ਲੋੜ ਤਾਂ ਹੈ ਨਹੀਂ ਸੀ ਜੀ, ਇਹ ਤਾਂ ਮੁਲਕ ਦੀ ਲੋੜ ਸੀ, ਭੁੱਖੇ ਮੁਲਕ ਦੀ ਲੋੜ ਸੀ। ਭਾਰਤ ਦਾ ਮਾਡਲ ਪੰਜਾਬ ਤੇ ਥੱਪਤਾ ਜਦੋਂ ਉਸ ਮਾਡਲ ਨੇ ਪੰਜਾਬ ਨੂੰ ਬਰਬਾਦੀ ਦੇ ਰਾਹ ਤੋਰਤਾ, ਹੁਣ ਹਨੇਰੀ ਸੁਰਗ 'ਚ ਸਾਨੂੰ ਧੱਕ ਕੇ ਹੁਣ ਕਹਿੰਦੇ ਨਿਕਲੋ ਆਪ, ਤੇ ਇਸ ਮੁਲਕ ਨੂੰ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ। ਹਰ ਵਾਰ ਪੰਜਾਬ ਬਾਹ ਫੜਦਾ, ਚਾਹੇ ਆਜ਼ਾਦੀ ਦੀ ਗੱਲ ਹੋਵੇ, ਲੜਨ ਦੀ ਗੱਲ ਹੋਵੇ, ਮਰਨ ਦੀ ਗੱਲ ਹੋਵੇ, ਇਹ ਮੁਲਕ ਨੂੰ ਪੰਜਾਬ ਦੀ ਬਾਹ ਫੜਨੀ ਚਾਹੀਦੀ ਆ, ਤਾਂ ਕਿ ਪੰਜਾਬ ਨਵੇਂ ਲਾਂਘੇ ਜਿਹੜਾ ਬਣਦਾ, ਮੁਲਕ ਨੂੰ ਜਿਹੜਾ ਨਵੀਂ ਸੇਧ ਦਿਖਾ ਰਿਹਾ, ਕਿਸਾਨ ਅੰਦੋਲਨ ਰਾਹੀਂ ਦਿਖਾ ਰਿਹਾ, ਉਧਰਲੇ ਪਾਸੇ ਵੀ ਉਹ ਮਾਡਲ ਆਵੇ, ਤੇ ਇਸ ਨੂੰ ਆਵਾਜ਼ ਦੇਣ ਵਾਲੇ ਸਿਆਸੀ ਆਗੂ ਵਿਦਵਾਨ ਅੱਗੇ ਆਉਣ ਤੇ ਅਮਲ ਆ। ਕਿਉਂਕਿ ਜੇ ਤੁਸੀਂ ਸਿਰਫ ਪੰਜਾਬ ਦਾ ਦੁਖਾਂਤ ਇਹ ਆ, ਕਿਸਾਨ ਅੰਦੋਲਨ ਸਿਰਫ ਵਿਰੋਧ ਦੀ ਸਿਆਸਤ ਕਰਦਾ ਆ ਰਿਹਾ, ਬਦਲ ਦੀ ਸਿਆਸਤ ਨਹੀਂ ਕੀਤੀ,
ਪਹਿਲੀ ਵਾਰ ਆ ਕਿਸਾਨ ਅੰਦੋਲਨ ਨੇ ਇੱਕ ਬਦਲ ਪੇਸ਼ ਕੀਤਾ ਫੈਡਰਲ ਢਾਂਚੇ ਦਾ, ਫੈਡਰਲ ਸਿਆਸਤ ਦਾ, ਤੇ ਪੰਜਾਬ ਦੇ ਵਿੱਚ ਵੀ ਸਿਆਸਤ ਬਦਲਣ ਲਈ ਇੱਕ ਮਾਡਲ ਪੇਸ਼ ਕਰਨਾ ਪਊ, ਜਾਂ ਸਿਆਸੀ ਪਾਰਟੀਆਂ ਪੇਸ਼ ਕਰਨ, ਸਿਆਸੀ ਆਗੂ ਪੇਸ਼ ਕਰਨ, ਜਾਂ ਕਿਸਾਨ ਅੰਦੋਲਨ ਵਾਲੇ ਪੇਸ਼ ਕਰਨ, ਕਿਉਂਕਿ ਲੋਕ ਤਾਂ ਪੰਜਾਬ ਦੇ ਤੜਫੇ ਹੋਏ ਨੇ ਜੀ, ਤੁਹਾਨੂੰ ਪਤਾ। ਕਦੇ ਆਮ ਆਦਮੀ ਪਾਰਟੀ ਨੂੰ ਸਿਰ ਤੇ ਚੱਕ ਲੈਂਦੇ ਨੇ, ਕਦੇ ਪੀਪੀ ਨੂੰ ਸਿਰ ਤੇ ਚੱਕ ਲੈਂਦੇ ਨੇ। ਇਹ ਇਹ ਇਸ ਕਰਕੇ ਲੋਕਾਂ ਦੀ ਨਬਜ਼ ਸਮਝਣ ਦੀ ਲੋੜ ਆ, ਰੋਗ ਸਮਝਣ ਦੀ ਲੋੜ ਆ, ਫਿਰ ਉਹਦਾ ਦਵਾ ਦਾਰੂ ਕਰਨ ਦੀ ਲੋੜ ਆ ਟੁੱਕਣੀ। ਹਾਂ ਜੀ ਬਿਲਕੁਲ ਮਾਨੀ ਸਾਹਿਬ, ਮਾਨੀ ਸਾਹਿਬ ਤੁਸੀਂ ਇੱਕ ਅਹਿਮ ਗੱਲ ਕਹੀ ਕਿ ਜੋ ਖੇਤੀ ਮਾਡਲ ਪੰਜਾਬ ਨੂੰ ਦਿੱਤਾ ਗਿਆ, ਇਸ ਮਾਡਲ ਦੀ ਲੋੜ ਨਹੀਂ ਸੀ। ਬਿਲਕੁਲ, ਮੈਂ ਵੀ ਪਿਛਲੇ ਦਿਨਾਂ 'ਚ ਕੁਛ ਰਿਪੋਰਟਾਂ ਪੜ੍ਹ ਰਿਹਾ ਸੀ, ਉਹਨਾਂ ਵਿੱਚੋਂ ਇਹ ਗੱਲ ਨਿਕਲ ਕੇ ਆਈ ਕਿ ਖੇਤੀ ਮਾਡਲ ਦੀ ਲੋੜ ਨਹੀਂ ਸੀ। ਜਦੋਂ ਦੇਸ਼ ਆਜ਼ਾਦ ਹੋਇਆ ਤੇ ਕਹਿੰਦੇ ਸਾਡੇ ਕੋਲ ਅਨਾਜ ਨਹੀਂ ਸੀ, ਅਨਾਜ ਇਹਨਾਂ ਕੋਲ ਸੀ, ਬਸ ਅਕਲ ਦੀ ਘਾਟ ਸੀ, ਇਹਨੂੰ ਵੰਡ ਨਹੀਂ ਸਕੇ, ਡਿਸਪਿਊਟ ਨਹੀਂ ਇਹਨੂੰ ਕਰ ਸਕੇ, ਦੂਜਾ ਪੰਜਾਬ ਨੂੰ ਬਰਬਾਦ ਕਰਨਾ ਸੀ, ਜਿਸ ਕਰਕੇ ਖੇਤੀ ਮਾਡਲ ਇਹ ਲੈ ਕੇ। ਮਾਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਚੈਨਲ ਲੋਕ ਗ੍ਰਾਂਟ ਨਾਲ ਜੁੜੇ, ਤੁਹਾਡਾ ਜੀ ਧੰਨਵਾਦ, ਸ਼ੁਕਰੀਆ। ਸ਼ੁਕਰੀਆ ਜੀ, ਧੰਨਵਾਦ ਜੀ ਤੁਹਾਡਾ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਮਾਲਵਿੰਦਰ ਸਿੰਘ ਮਾਲੀ। ਬੜੀ ਦਰਦਨਾਕ ਘਟਨਾ ਸੀ ਜੋ ਪਿਛਲੇ ਦਿਨੀ ਵਾਪਰੀ। ਬੀਜੇਪੀ ਹਕੂਮਤ ਜੋ ਰਾਜ ਕਰ ਰਹੀ ਹੈ, ਲੋਕਾਂ ਦੁਆਰਾ ਸਰਕਾਰ ਚੁਣੀ ਗਈ ਹੈ, ਕਿਉਂਕਿ ਲੋਕਤੰਤਰ ਦੇਸ਼ ਕਿਹਾ ਜਾਂਦਾ, ਪਰ ਉਹੀ ਸਰਕਾਰ ਹੁਣ ਆਪਣੇ ਲੋਕਾਂ ਨੂੰ ਜਾਨ ਤੋਂ ਮਾਰਨ ਤੇ ਆ ਗਈ, ਤਸ਼ੱਦਦ ਢਾਉਣ ਤੇ ਆ ਗਈ। ਬੇਸ਼ੱਕ ਸਹਿਮਤੀ ਤਾਂ ਬਣ ਗਈ, ਪਰ ਇਸਦੇ ਜੋ ਸਿੱਟੇ ਨੇ, ਬੜੇ ਸਿੱਟੇ, ਉਹ ਗੰਭੀਰ ਨਿਕਲਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਕਿਸਾਨੀ ਅੰਦੋਲਨ ਨੂੰ ਵੀ ਇਸ ਤੋਂ ਬਾਅਦ ਇੱਕ ਵੱਡੀ ਰੂਪਰੇਖਾ ਅਖਤਿਆਰ ਕਰ ਸਕਦਾ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਗ੍ਰਾਂਟ ਚੈਨਲ ਪੰਜਾਬੀ। ਧੰਨਵਾਦ।